ਸਾਡਾ ਜਿਹੜਾ ਸੰਵਿਧਾਨ ਆ ਉਹ ਗੁਰੂ ਗ੍ਰੰਥ ਸਾਹਿਬ ਆ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਨ੍ਹਾਂ ਨੇ ਇਹ ਕਾਨੂੰਨ ਬਣਾਏ ਆ ਕਿਸੇ ਵੀ ਮੁਲਕ ਨੂੰ ਚਲਾਉਣ ਵਾਸਤੇ ਕੁਛ ਨਾ ਕੁਛ ਕਾਨੂੰਨ ਚਾਹੀਦੇ ਹੁੰਦੇ ਆ ਕਿਸੇ ਵੀ ਤਰ੍ਹਾਂ ਦਾ ਤੁਸੀਂ ਕਾਨੂੰਨ ਬਣਾਓ ਮਤਲਬ ਮੁਲਕ ਬਣਾਓ ਉਹਦੇ 'ਚ ਕਾਨੂੰਨ ਜ਼ਰੂਰੀ ਆ ਤਾਂ ਉਹ 500 ਦੇ ਕਰੀਬ ਮੀਟਿੰਗਾਂ ਹੋਣ ਤੋਂ ਬਾਅਦ ਇਹ ਜਿਹੜਾ ਕੌਂਸਟੀਟਿਊਸ਼ਨ ਆਫ ਇੰਡੀਆ ਬਣਿਆ ਸੀਗਾ ਔਰ ਜਿਨ੍ਹਾਂ ਨੇ ਇਹ ਸੰਵਿਧਾਨ ਬਣਾਇਆ ਆ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਉਹ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਭਾਵਿਤ ਸੀਗੇ ਔਰ ਉਹ ਸਿੱਖ ਬਣਨਾ ਚਾਹੁੰਦੇ ਸੀਗੇ ਤਾਂ ਇਹ ਨਾ ਕਿਹਾ ਜਾਵੇ ਕਿ ਸਾਡਾ ਜਿਹੜਾ ਸੰਵਿਧਾਨ ਆ ਇਹ ਸੰਵਿਧਾਨ ਦੇ ਨਾਲ ਕੋਈ ਨਾਤਾ ਨਹੀਂ ਆ ਜਿੰਨੀਆਂ ਤੁਸੀਂ ਇਹਦੇ 'ਚ ਆਰਟੀਕਲਸ ਪੜ੍ਹੋਗੇ ਮੈਂ ਇਹਨੂੰ ਥੋਰੋਲੀ ਪੜ੍ਹਿਆ ਆ ਔਰ ਇਹ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਨਜ਼ਦੀਕ ਪੁੱਜਦਾ ਆ ਔਰ ਦੂਸਰੀ ਗੱਲ ਆ ਕਿ ਜਿਵੇਂ ਇਹ ਕੌਮੀ ਇਨਸਾਫ ਮੋਰਚਾ ਲੱਗਿਆ ਆ ਇਹ ਜਿਹੜਾ ਇਨਸਾਫ ਦਿਵਾਉਣ ਦੀ ਲੋੜ ਆ ਨਾ ਉਹ ਇਕੱਲੇ ਸਿੱਖ ਕੌਮ ਨੂੰ ਨਹੀਂ ਆ ਇਹ ਪੂਰੇ ਇੰਡੀਆ ਨੂੰ ਇਨਸਾਫ ਦਿਵਾਉਣ ਦੀ ਲੋੜ ਆ ਸਤਿ ਸ਼੍ਰੀ ਅਕਾਲ ਇਹ ਜਿਹੜਾ ਇਨਸਾਫ ਦਿਵਾਉਣ ਦੀ ਲੋੜ ਆ ਪੂਰੇ ਇੰਡੀਆ ਨੂੰ ਆ ਉਹ ਤੁਹਾਨੂੰ ਮੈਂ ਦੱਸਾਂ ਵੀ ਕਿਉਂ ਕਿ ਜਦੋਂ ਅੰਗਰੇਜ਼ ਇਸ ਇੰਡੀਆ ਨੂੰ ਛੱਡ ਕੇ ਗਏ ਆ ਉਸ ਤੋਂ ਪਹਿਲਾਂ ਅੱਤਵਾਦ ਦਾ ਨਾਂ ਨਹੀਂ ਸੀ ਉਸ ਤੋਂ ਬਾਅਦ ਜੰਮੂ ਕਸ਼ਮੀਰ ਵਾਲੇ ਅੱਤਵਾਦੀ ਹੋ ਗਏ ਆਪਣੇ ਬੋਡੋਲੈਂਡ ਵਾਲੇ ਜਿਹੜੇ ਹੈਗੇ ਆ ਸਿੱਕਿਮ ਦੇ ਮੇਘਾਲਿਆ ਦੇ ਉਹ ਸਾਰੇ ਅੱਤਵਾਦੀ ਬਣਾ ਦੇ ਇਹਨਾਂ ਨੇ ਔਰ ਫਿਰ ਜਿਹੜੇ ਤਾਮਿਲਨਾਡੂ ਦੇ ਲਿੱਟੇ ਉਗਰਵਾਦੀ ਬਣਾ ਦੇ ਸਿੱਖ ਉਗਰਵਾਦੀ ਬਣਾ ਦੇ ਮੁਸਲਮਾਨ ਉਗਰਵਾਦੀ ਬਣਾ ਦੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਸ ਮੁਲਕ ਦੇ ਵਿੱਚ ਬਾਕੀ ਰਹਿ ਕਿਹੜਾ ਗਿਆ ਆ ਜਿਹੜਾ ਅੱਤਵਾਦੀ ਹੈ ਨਹੀਂ ਗਾ ਮਤਲਬ ਸਾਰਾ ਮੁਲਕ ਹੀ ਅੱਤਵਾਦੀਆਂ ਦਾ ਏ ਇਹ ਸਾਰਿਆਂ ਨੂੰ ਅੱਤਵਾਦੀ ਡਿਕਲੇਅਰ ਕਰਨ ਵਾਲਾ ਜਿਹੜਾ ਹੈਗਾ ਆ ਉਹ ਜਿਹੜਾ ਵਾਇਰਸ ਇਸ ਇੰਡੀਆ 'ਚ ਬੈਠਾ ਆ ਉਹ ਇੱਕ ਵਿਦੇਸ਼ੀ ਵਾਇਰਸ ਆ ਉਹ ਖੁਦ ਇਸ ਮੁਲਕ ਦਾ ਹੈ ਨਹੀਂ ਗਾ ਉਹਦਾ DNA ਵਿਦੇਸ਼ੀ ਆ ਔਰ ਉਹ 3.5% ਹੁੰਦਾ ਹੋਇਆ ਇਸ ਮੁਲਕ 'ਤੇ ਕਬਜ਼ਾ ਕਰੀ ਬੈਠਾ ਨਜਾਇਜ਼ ਕਬਜ਼ਾ ਕਰੀ ਬੈਠਾ ਉਸੇ ਨਜਾਇਜ਼ ਕਬਜ਼ੇ ਦੇ ਤਹਿਤ ਉਹਨੇ ਕਲੋਜ਼ੀਅਮ ਸਿਸਟਮ ਬਣਾਇਆ ਹੋਇਆ ਆ ਨਿਆਂਪਾਲਿਕਾ ਦੇ ਵਿੱਚ ਕਲੋਜ਼ੀਅਮ ਸਿਸਟਮ ਦੇ ਤਹਿਤ ਉਹ ਇਸ ਮੁਲਕ ਦੇ ਉੱਥੋਂ ਨਕਾਰਦਾ ਆ ਸੰਵਿਧਾਨ ਨੂੰ ਜੇ ਤੁਸੀਂ ਉਹਨੂੰ ਉਹਦਾ ਜੇ ਤੁਸੀਂ RTA ਲਾ ਕੇ ਦੇਖੋ ਨਾ ਡਿਟੇਲ ਲਵੋ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੀ ਅਤੇ ਉਹ ਨਿਯੁਕਤੀਆਂ ਦੇ ਵਿੱਚ ਇਸ ਮੁਲਕ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਉਸ ਤੋਂ ਬਾਅਦ ਜਿਹੜਾ ਅੱਜ ਦੌਰ ਚੱਲ ਰਿਹਾ ਆ ਕਿ ਹਰ ਜਿਹੜਾ ਕਾਨੂੰਨ ਬਣ ਰਿਹਾ ਉਹ ਸਾਡੇ ਖਿਲਾਫ਼ ਬਣ ਰਿਹਾ ਤਾਂ ਉਹਦੇ ਵਾਸਤੇ ਲੇਟਰਲ ਐਂਟਰੀ ਜ਼ਿੰਮੇਵਾਰ ਆ ਜਿਹਦੇ ਵਾਸਤੇ ਕਦੇ ਵੀ ਕੋਈ ਬੁਲਾਰਾ ਨਹੀਂ ਬੋਲਦਾ ਲੇਟਰਲ ਐਂਟਰੀ ਦੇ ਤਹਿਤ ਹਾਂਜੀ ਬੋਲੇ ਸੋਨਿਆਰ ਦੇਖਤੇ ਪੰਥ ਕੀ ਰਾਜ ਕਰੇਗਾ ਚੂਲ ਤੇ ਨਿਸ਼ਾਨ ਰਹਿ ਬੰਦੀ ਸਿੰਘ ਰਿਹਾ ਕਰੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਓ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ 31 ਮੈਂਬਰਾਂ ਦਾ ਜਥਾ ਜਿਹੜਾ ਅੱਜ ਸਵੇਰੇ ਮੁੱਖ ਮੰਤਰੀ ਦੇ ਦਫ਼ਤਰ ਉਹਦੀ ਕੋਠੀ 'ਤੇ ਗਿਆ ਸੀ ਕਿ ਉਹ ਸੁੱਤੇ ਪਏ ਨੂੰ ਜਗਾ ਦਈਏ ਕਿਉਂਕਿ ਸਾਡੇ ਜਿਹੜੇ ਬੰਦੀ ਸਿੰਘ ਹੈ ਜੱਜ ਨੇ 2 ਵਾਰ ਉਹਨਾਂ ਦੇ ਆਰਡਰ ਕਰ ਦਿੱਤੇ ਕਿ ਉਹਨੂੰ ਇੱਥੇ ਪੇਸ਼ ਕਰੋ ਪਰ ਜਿਹੜੀ ਪੰਜਾਬ ਸਰਕਾਰ ਕਹਿੰਦੀ ਸਾਡੇ ਕੋਈ ਪ੍ਰਬੰਧ ਨਹੀਂ ਹੈ ਸੋ ਇਸ ਕਰਕੇ ਉਹਨੂੰ ਜਗਾਉਣ ਵਾਸਤੇ ਇਹ ਸਾਡਾ ਜਿਹੜਾ 31 ਮੈਂਬਰੀ ਜਥਾ ਹਰ ਰੋਜ਼ ਇੱਥੋਂ ਜਾਂਦਾ ਹੈ ਅਤੇ ਹੁਣ ਜਿਹੜਾ ਉੱਥੇ 2 ਘੰਟੇ ਬੈਠ ਕੇ ਸਿਮਣ ਕਰਕੇ ਅਰਦਾਸ ਕਰਕੇ ਫਿਰ ਵਾਪਸ ਆਇਆ ਹੈ ਤਾਂ ਕਿ ਪਰਮਾਤਮਾ ਉਹਨੂੰ ਸਮੱਤ ਬਖਸ਼ੇ ਅਤੇ ਉਹ ਸਿੱਖਾਂ ਨੂੰ ਇਨਸਾਫ਼ ਦੇ ਸਕਣ ਅਤੇ ਹੁਣ ਭਾਈ ਸਾਹਿਬ ਜੀ ਅਗਲੀ ਬਾਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਇਨਸਾਫ਼ ਦਿਵਾਉਣ ਦੀ ਗੱਲ ਹੈ ਇਹ ਪੂਰੇ ਇੰਡੀਆ ਨੂੰ ਇਨਸਾਫ਼ ਦਿਵਾਉਣ ਦੀ ਗੱਲ ਆ ਔਰ ਉਹ ਜਿਹੜਾ ਇਨਸਾਫ਼ ਕਰ ਸਕਦਾ ਉਹ ਇੰਡੀਆ ਦਾ ਕੌਂਸਟੀਟਿਊਸ਼ਨ ਕਰ ਸਕਦਾ ਆ
पर उस कानून नू लागू करन वास्ते एक कह लो भी निरपक्ष लोगों का उत्थे होना बहुत जरूरी आ। और निरपक्षता उदों आऊगी कि जिन्नियां जातां च इस मुल्क नू वंडिया गया आ हर एक जात नू उत्थे प्रतिनिधता दित्ती जावे, जिवें गुरु नानक साहब ने कहा वंड के छको, इवें जुडिशरी दे विच वी हर एक जात दा जज होना चाहीदा आ। साडी जिहड़ी लड़ाई आ उह इह है कि जिसकी जितनी संख्या भारी उतनी उसकी हिस्सेदारी, जिन्ना चिर हर एक जात दा जज उत्थे नहीं होगा तां इहनां दी मोनोपली नहीं टुटनी। एक जात दी मोनोपली आ उत्थे, और उही जात जे किसी नूं मन मर्जी वह मतलब बेल दे दिंदी आ और किसी नूं नहीं दिंदी, उहनां दी मर्जी आ। उपर जिहड़ा जज बैठा वह भी नहीं कुछ नहीं पुछ रहा। तां इस दा जे ਆਪਾਂ ਹੱਲ ਲੱਭਣਾ ਆ, ਔਰ ਭੈਣ ਮੇਰੀ ਇੱਕ ਗੱਲ ਕਰਕੇ ਗਈ ਹੈ ਨਸ਼ਿਆਂ ਦੀ, ਜੇ ਨਸ਼ਿਆਂ ਬਾਰੇ ਤੁਸੀਂ ਇਤਿਹਾਸ 'ਚ ਪੜ੍ਹੋ ਤਾਂ ਚੀਨ ਦੀ ਹਿਸਟਰੀ ਪੜ੍ਹ ਕੇ ਦੇਖਿਓ। ਚੀਨ ਦੇ ਵਿੱਚ ਅੰਗਰੇਜ਼ ਰਾਜ ਕਰਦੇ ਸੀ, ਉਹਨਾਂ ਨੇ ਪੂਰੀ ਜਨਤਾ ਨੂੰ ਅਫੀਮ ਦੀ ਜਿਹੜਾ ਨਸ਼ੇ ਦੇ ਉੱਤੇ ਲਾ ਦਿੱਤਾ ਸੀਗਾ, ਔਰ ਚੀਨੀਆਂ ਨੇ ਬੜੇ ਉਪਰਾਲੇ ਕੀਤੇ ਵੀ ਸਾਡੇ ਲੋਕ ਨਸ਼ਾ ਛੱਡ ਜਾਣ, ਪਰ ਜਿੰਨਾ ਚਿਰ ਅੰਗਰੇਜ਼ ਚੀਨ ਦੇ ਉੱਤੇ ਕਾਬਜ ਰਹੇ ਉਹਨਾਂ ਚਿਰ ਉੱਥੋਂ ਨਸ਼ਾ ਨਹੀਂ ਗਿਆ। ਔਰ ਜਿੱਦਣ ਉਹਨਾਂ ਨੇ ਅੰਗਰੇਜ਼ ਕੱਢਤੇ, ਔਰ ਉਸ ਤੋਂ ਬਾਅਦ ਅਫੀਮ ਦਾ ਨਾਂ ਨਹੀਂ ਉੱਥੇ ਦਿਖਦਾ ਕਿਤੇ ਚੀਨ ਦੇ ਵਿੱਚ, ਔਰ ਉਹਨਾਂ ਨੇ ਉਸ ਤੋਂ ਬਾਅਦ ਟਿਆਨਮਿਨ ਸਕੇਅਰ ਦੇ ਵਿੱਚ ਜਿਹੜੇ ਨਸ਼ੇੜੀ ਸੀ ਉਹ ਟੈਂਕਾਂ ਥੱਲੇ ਦਰੜ ਕੇ ਮਾਰਦੇ ਵੀ ਇਸ ਤੋਂ ਬਾਅਦ ਸਾਡੇ ਮੁਲਕ ਦੇ ਵਿੱਚ ਅਫੀਮ ਨਹੀਂ ਵੰਡੀ ਚਾਹੀਦੀ, ਕਿਉਂਕਿ ਉਹ ਵਿਦੇਸ਼ੀ ਲੋਕ ਆ ਜਿਹੜੇ ਰਾਜ ਕਰਦੇ ਆ, ਉਹ ਕਦੇ ਵੀ ਸਾਨੂੰ ਹੋਸ਼ ਨਹੀਂ ਰਹਿਣ ਦੇਣਾ ਚਾਹੁੰਦੇ। ਇਸ ਲਈ ਤੁਹਾਡੇ ਅੱਗੇ ਗੁਜ਼ਾਰਿਸ਼ ਆ ਕਿ ਜਿਹੜਾ ਸਾਡਾ ਵਾਮਨ ਮੇਸ਼ਰਾਮ ਸਾਹਿਬ ਸੰਕਲਪ ਲੈ ਕੇ ਚੱਲੇ ਆ ਕਿ ਇਸ ਮੁਲਕ ਦੇ ਵਿੱਚ ਮੂਲ ਨਿਵਾਸੀਆਂ ਦਾ ਰਾਜ ਹੋਣਾ ਚਾਹੀਦਾ, ਆ ਜਿੰਨੇ ਵੀ ਜ਼ੁਲਮ ਆ ਇਹ ਮੂਲ ਨਿਵਾਸੀਆਂ ਦੇ ਉੱਤੇ ਹੁੰਦੇ ਆ, ਔਰ ਅਸੀਂ ਗੁਲਾਮ ਆ। ਇਹ ਗੁਲਾਮ ਇਕੱਲੀ ਸਿੱਖ ਕੌਮ ਨਹੀਂ ਹੈ, ਇਸ ਮੁਲਕ ਦਾ ਸ਼ਡਿਊਲਡ ਕਾਸਟ, ਸ਼ਡਿਊਲਡ ਟ੍ਰਾਈਬ, OBC ਔਰ ਘੱਟ ਗਿਣਤੀ ਜਿਹੜਾ ਧਰਮ ਹੈਗੇ ਆ, ਧਾਰਮਿਕ ਘੱਟ ਗਿਣਤੀਆਂ, ਉਹ ਸਾਰੇ ਦੇ ਸਾਰੇ ਇਹਨਾਂ ਦੇ ਜ਼ੁਲਮਾਂ ਦੇ ਨਾਲ ਦਰੜੇ ਹੋਏ ਆ, ਪਰ ਉਹ ਅਲੱਗ ਅਲੱਗ ਲੜ ਰਹੇ ਆ। ਅਸੀਂ ਸਾਰਿਆਂ ਨੂੰ ਇੱਕ ਜਗ੍ਹਾ 'ਤੇ ਇਕੱਠੇ ਕਰਕੇ ਉਹਨਾਂ ਦੀ ਇਕੱਠੀ ਤਾਕਤ ਦੇ ਨਾਲ ਜਿੱਤਣਾ ਚਾਹੁੰਦੇ ਹਾਂ। ਔਰ ਜਿੱਦਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਜਿੱਦਣ ਤੁਸੀਂ ਸਾਰੇ ਇਕੱਠੇ ਹੋ ਗਏ, ਮੁਸਲਮਾਨ, ਸਿੱਖ, ਬੁੱਧ, ਲਿੰਗਾਇਤ ਸਾਰੇ ਇੱਕ ਜਗ੍ਹਾ 'ਤੇ ਇਕੱਠੇ ਹੋ ਗਏ, ਤਾਂ ਸਾਨੂੰ ਹਥਿਆਰ ਚੱਕਣ ਦੀ ਲੋੜ ਨਹੀਂ, ਦੁਸ਼ਮਣ ਆਪਣੇ ਆਪ ਹੀ ਛੱਡ ਕੇ ਭੱਜਣਾ ਇਸ ਮੁਲਕ ਨੂੰ। ਤਾਂ ਇਸ ਲਈ ਜੇ ਇਸ ਇਹਨਾਂ ਤੋਂ ਖਹਿੜਾ ਛਡਾਉਣਾ ਚਾਹੁੰਦੇ ਹਾਂ ਤਾਂ ਵਾਮਨ ਮੇਸ਼ਰਾਮ ਸਾਹਿਬ ਨੇ ਇਹਨਾਂ ਦੀ ਬੋਧੀ ਫੜ ਲਈ ਆ, ਔਰ ਉਹ ਜਿਹੜੀ ਬੋਧੀ ਆ ਉਹ ਅਸੀਂ ਦੋ ਮੁੱਦੇ ਲੈ ਕੇ ਚੱਲੇ ਹਾਂ। ਇੱਕ ਜਿਹੜੀ ਇਹ ਸੈਂਸਸ ਹੋ ਰਹੀ ਆ, ਇਹ ਸੈਂਸਸ ਕਾਸਟ ਬੇਸ ਸੈਂਸਸ ਹੋਣੀ ਚਾਹੀਦੀ ਆ, ਹਰ ਇੱਕ ਜਾਤ ਦੀ ਜਾਤ ਦੇ ਆਧਾਰ 'ਤੇ ਗਿਣਤੀ ਹੋਣੀ ਚਾਹੀਦੀ ਆ। ਹਰ ਇੱਕ ਜਾਤ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਜਿਹੜੇ ਫੈਸਲੇ ਕਰ ਰਹੇ ਆ ਉਹ ਸਾਡੀ ਜਾਤ ਦਾ ਕੋਈ ਬੰਦਾ ਨਹੀਂ ਹੈਗਾ, ਉਹਦੇ ਵਿੱਚ ਸਿੱਖ ਨਹੀਂ ਹੈਗਾ, ਉਹਦੇ ਵਿੱਚ ਕੋਈ ਉਹ 'ਚ ਮੁਸਲਮਾਨ ਨਹੀਂ ਹੈਗਾ, ਉਹ 'ਚ ਕ੍ਰਿਸਚਨ ਨਹੀਂ ਹੈਗਾ, ਔਰ ਫਿਰ ਜ਼ੁਲਮ ਕੌਣ ਕਰ ਰਿਹਾ ਉੱਥੇ, ਉਹ ਜਿਹੜਾ ਦੁਸ਼ਮਣ ਆ ਉਹ ਸਾਡੇ ਸਾਹਮਣੇ ਆ ਜਾਊਗਾ। ਇਸ ਲਈ ਜਾਤੀ ਆਧਾਰ ਗਿਣਤੀ ਦੀ ਸਾਨੂੰ ਸਪੋਰਟ ਕਰਨੀ ਚਾਹੀਦੀ ਆ। ਔਰ ਦੂਸਰਾ ਮੁੱਦਾ ਜਿਹੜਾ ਕਿ ਇਹ ਜਿੰਨੇ ਵੀ ਅਸੀਂ ਸਰਕਾਰਾਂ ਦੇ ਨਾਂ ਲਏ ਆ, ABCD ਜੋ ਵੀ ਸ਼੍ਰੋਮਣੀ ਅਕਾਲੀ ਦਲ, BJP, ਆਮ ਆਦਮੀ, ਕਾਂਗਰਸ, ਸਾਰੇ ਦੇ ਸਾਰੇ, ਇਹ ਸਾਰੇ ਰਲੇ ਹੋਏ ਆ, ਔਰ ਇਹ ਇੱਕ ਜਗ੍ਹਾ 'ਤੇ ਰਲੇ ਆ, ਉਹ ਹੈਗੀ EVM ਮਸ਼ੀਨ। EVM ਮਸ਼ੀਨ ਦੇ ਵਿੱਚ ਧਾਂਦਲੀ ਹੁੰਦੀ ਆ, ਤੁਸੀਂ ਗੂਗਲ ਦੇ ਉੱਤੇ ਲਿਖ ਕੇ ਵੇਖੋ। 8 ਅਕਤੂਬਰ 2013 ਦੇ ਵਿੱਚ ਸੁਪਰੀਮ ਕੋਰਟ 'ਚ ਕੇਸ ਚੱਲਿਆ, ਔਰ ਸੁਪਰੀਮ ਕੋਰਟ ਨੇ ਕਿਹਾ ਕਿ EVM ਦੇ ਧਾਂਦਲੀ ਹੋ ਕੇ ਸਰਕਾਰਾਂ ਬਣ ਰਹੀਆਂ, ਔਰ ਉਹ ਲੋਕ ਉਹਨਾਂ ਨੂੰ ਮਸ਼ੀਨ ਦੇ ਨਾਲ ਜਿੱਤ ਮਿਲਣੀ ਆ, ਤੁਹਾਡੀਆਂ ਵੋਟਾਂ ਦਾ ਉਹਨਾਂ ਨਾਲ ਕੋਈ ਮਤਲਬ ਨਹੀਂ ਹੈਗਾ। ਜੇ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੇ ਗੁੱਸੇ ਦਾ ਉਹਨਾਂ 'ਤੇ ਕੋਈ ਫਰਕ ਪੈਂਦਾ, ਉਹਨਾਂ ਕੋਈ ਫਰਕ ਨਹੀਂ ਪੈਂਦਾ। ਇਸ ਲਈ ਜੇ ਤੁਸੀਂ ਆਪਦੇ ਗੁੱਸੇ ਦਾ ਉਹਨਾਂ 'ਤੇ ਫਰਕ ਪਾਉਣਾ ਚਾਹੁੰਦੇ ਆ, ਪਹਿਲਾਂ ਇਹ ਮਸ਼ੀਨ ਨੂੰ ਤੋੜੋ, ਇਸ ਮਸ਼ੀਨ ਨੂੰ ਨਾ ਚੱਲਣ ਦਿਓ, ਉਸ ਤੋਂ ਬਾਅਦ ਤੁਹਾਡੀ ਜਿਹੜੀ ਵੋਟਾਂ ਦੀ ਕਦਰ ਪੈਣੀ, ਤੁਹਾਡੇ ਸਿਰਾਂ ਦੀ ਕਦਰ ਪੈਣੀ ਆ। ਇੰਨੀਆਂ ਗੱਲਾਂ ਕਹਿੰਦਾ ਹੋਇਆ ਜੇ ਕੋਈ ਗਲਤ ਗੱਲ ਕਹੀ ਗਈ ਤਾਂ ਖਿਮਾ ਦਾ ਜੱਜਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।